ਚੱਲੇ ਆ ਹੀ ਆਏ ਉਹ ਕਬੱਡੀ ਨੀ ਹੈਗੀ ਬਾਲੀਬਾਲ खिडारी उधर वार्म अप हो रहा एक फोन ते लग्या होया हरे बंदे खेडन नू चले आए मुकर गया चलो जी हां भाई लाली कूल है मैं चल बी हूं हो चुके ने गाड़ी चलिया जीवन फड़ा दो फोन चल बी खिलाड़ी हो चुके ने तगड़े चक हले वार्म अप ही आ पता है लग जू कि बोल के मैं आंदी समान वाधू अपने कोठा हुई चक बी ला लिया लिया फोन अपने को बहुत पैसे आ गए फोन महंगे महंगे आ रहे हैं चलो जी लैन लून मार लो तुम भी आ दे मैंबर कैप्टन अगर रोटी फोन कर दे रोटी खा के आनी अठ बंद आने ही जी ओद कहना मैच शुरू हो चुका पहली साधू गोई साहब पैंपी तगड़ा हो मेनू पता सी ओने सारा बाउल का जोर लवाता चल बी हाय हाय मैंबर तगड़े 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 बंदे तगड़े आ नहीं नहीं सही है आए हाय शाबाश शागे 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 ओ चल 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 अगड़ा आ गया डैडी सत श्री अंकल जी अबू वाला जी ਅਸੀਂ ਆਉਨੇ ਆ ਉਹ ਦੂਜਾ ਵਾਲੀਬਾਲ ਦਾ ਮੈਚ ਲਾਉਣ ਗਏ ਆ ਜੀ ਸਾਰੇ ਵਾਲੀਬਾਲ ਦੇ ਤੁਹਾਨੂੰ ਨੇੜੇ ਨੇੜੇ ਵਾਲੀਬਾਲ ਦਾ ਮੈਚ ਨਹੀਂ ਦੇਣਾ ਬਾ ਆ ਗਏ ਜੀ ਆ ਗਏ ਖੇਡੀ ਜਾਂਦਾ ਵੀ ਅੰਦਰ ਗੇਮ ਚ ਲੱਗਿਆ ਹੋਇਆ ਕਹਿੰਦਾ ਤਾਲੇ ਤੁਹਾਨੂੰ ਨੇੜੇ ਨੇੜੇ ਖੇਡਣ ਨੂੰ ਮਿਲਦਾ ਸਾਰੇ ਵਾਲੀਬਾਲ ਦੇ ਕਹਿੰਦਾ ਉਹ ਕਬੱਡੀ ਨਹੀਂ ਹੈਗੀ ਵਾਲੀਬਾਲ ਆ ਨਿਕਲ ਗਿਆ ਪਰ ਸੱਤ ਹੈ ਖੋ ਚੁੱਕੇ ਨੇ ਕਹਿੰਦੇ ਲੈ यार भाई सरा यार अभी भाई कुछ भी कर सकता अभी भाई कुछ भी कर सकता यार कैप्टन देखी तगड़ा मेंबर तगड़ा हले साढ़े उठे गए आप जी भाई दोरे सो दो पॉइंट लगातार ले ले बंदे ने बंदे होनी करने तो तगड़े हो बैठे बंदे देखी हम सर्विस होंगी मंदिर ने सर्विस सीटनी देख लिया भाई
ਮੈਨੂੰ ਪਤਾ ਸੀ ਮੈਂ ਕਿਹਾ ਅੰਦਰ ਹਟਰੀਆਂ ਨੇ ਮੈਂ ਕਿਹਾ ਸੀ ਬਾਈ ਕਰੂ ਕੁਛ ਨਜ਼ਰ ਵੀ ਲੱਗ ਜਾਂਦੀ ਹੈ ਖੇਲ ਵਧੀਆ ਜਾਣੀ ਕਿ ਟੱਕਰ ਦੇ ਰਹੇ ਆਪਣੇ ਬੰਦੇ ਪੂਰੀ ਬਹੁਤ ਟਾਈਮ ਬਾਅਦ ਖੇਡਿਆ ਬਹੁਤ ਟਾਈਮ ਵੇਟ ਹੋ ਰਹੀ ਹੈ ਇੱਕ ਮਿੰਟ ਬਾਅਦ ਫਿਰ ਜਾ ਚੁੱਕੇ ਨੇ ਅੰਦਰ ਹਾਏ ਨਾਲਾ ਬੰਨ ਲੈਣ ਦੇ ਬਾਈ ਨੂੰ ਹਾਏ ਮੈਂਬਰਾ ਬੰਦਾ ਲੱਗਿਆ ਹੋਇਆ ਕੀ ਕਹਿੰਦੇ ਉਹਨੂੰ ਆ ਚੱਕ ਉਹ ਲੈ ਲਿਆ ਕੰਮ ਮੈਨੂੰ ਪਤਾ ਸੀ ਆ ਲੈ ਇੱਕ ਹੋਰ ਮੈਚ ਹਾਰ ਚੁੱਕੇ ਨੇ ਮੁੰਡੇ ਆ ਗਿਆ ਯਾਰ ਬਾਈ ਸਰਾ ਯਾਰ ਹਾਲੇ ਹੋਰ ਕੱਢਣਾ ਤਕੜਿਆ ਚੁੱਭਰ ਇੱਕ ਵਾਰ ਫੇਰ ਆ ਗਿਆ ਮੈਚ ਕੇ ਹੁਣ ਦੇਖਦੇ ਹਾਂ ਕੀ ਬਣਦਾ ਬਣਦਾ ਦੇਖੋ ਕੀ ਆ ਤੁਸੀਂ ਲੈ ਲਿਆ ਕੰਮ ਜਿੱਤ ਗਏ ਬੰਦੇ ਆਪਾਂ ਜਿੱਤ ਗਏ ਚਲੋ ਚੱਲੀਏ ਮੈਂ ਛੱਡਤਾ ਮੈਂ ਪਹਿਲਾਂ ਕਹੀ ਜਾਂਦੀ ਗੱਡੀ ਸਟਾਰਟ ਕਰ ਲਈਏ ਹੁਣ ਤੇਰਾ ਮੇਰੇ ਕੋਲ ਹੀ ਆ ਹਾਰੇ ਹੋਏ ਚਿਹਰੇ ਗੱਲ ਖੇਡਣ ਤਾਂ ਆਏ ਨੀ ਸੀਗੇ ਸਾਨੂੰ ਹੁਣ ਕੋਈ ਰੋਟੀ ਮੈਨੂੰ ਹੜ ਗਈ ਅੱਜ ਆਪਾਂ ਖਾਣੀ ਸੀਗੀ ਕੈਪਟਨ ਕੇ ਰੋਟੀ ਕੈਪਟਨ ਕਿੱਥੇ ਆ ਕੈਪਟਨ ਕੇ ਰੋਟੀ ਕੈਪਟਨ ਸੱਤ ਅੱਠ ਬੰਦੇ ਰੋਟੀ ਲਹਾਲਾ ਘਰੇ ਨਹੀਂ ਆਪਾਂ ਸੁਧਾਰ ਚੱਲਦੇ ਘਰੇ ਦਾ ਤੁਸੀਂ ਬੱਸ ਕਰਾ ਦੋਗੇ ਮਾਤਾ ਦੀ ਚਲੋ ਤਿਆਰ ਆਪਾਂ ਤਾਂ ਬੰਦਿਆਂ ਦਾ ਢੇਰ ਲੱਗਿਆ ਹੋਇਆ ਵਾ ਫੋਨ ਤੇਰਾ ਮੇਰੇ ਕੋਲ ਹੀ ਆ ਇੱਧਰ ਜੇਬ ਚ ਕੱਢ ਲਾ ਤੇ ਬੰਦਿਆਂ ਦਾ ਢੇਰ ਲੱਗਿਆ ਆਪਣੇ ਕੋਲ ਹੈਗੀ ਆ ਪੰਜ ਸੀਟਰ ਇਹ ਇੱਧਰ ਖੋਲਣਾ ਹੁਣ ਤੜ ਜੋ ਜਿਵੇਂ ਤੜ ਸਕਦੇ ਹੋ ਸਾਰੇ ਤੜ ਜੋ ਇੰਨੇ ਬੰਦੇ ਆ ਇੰਨੇ ਬੰਦਿਆਂ ਨੇ ਗੱਡੀ ਚ ਬਹਿਣਾ ਤੜ ਜੋ ਬਈ ਬੈਠੋ
ਲਾਈਟ ਲੱਗ ਗਈ ਲੈ ਉਹਦੇ ਕੀ ਲਾਈਟ ਕਿੱਥੇ ਲਾਈ ਜਾਂਦਾ ਸਾਲਾ ਚਲੋ ਚਲੋ ਬੈਠੋ ਬੈਠੋ ਜੱਗੀ ਹੈ ਇੱਕ ਬੰਦਾ ਮਿਲ ਗਿਆ ਹੁਣ ਪਹਿਲਾਂ ਦਾ ਘੱਟ ਆਇਆ ਬੰਦਾ ਇੱਕ ਹੁਣ ਮੂੰਹ ਤੋਂ ਕਰਕੇ ਹੌਲਾ ਹੋ ਗਿਆ ਪਹਿਲਾਂ ਦਾ ਬੰਦਾ ਬੈਠੋ ਬੈਠੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇੰਨੇ ਬੰਦੇ ਬਹਿ ਗਏ ਹਲੇ ਦੋ ਬੰਦੇ ਬਾਹਰ ਖੜੇ ਆ ਚੱਕ ਇੱਕ ਆ ਗਿਆ ਚੱਕ ਪੈਂਪੀ ਆ ਗਿਆ ਟਾਕੀ ਲਾ ਲਓ ਬਈ ਹੁਣ ਤਾਂ ਬੰਦੇ ਦਿਖਦੇ ਵੀ ਨਹੀਂ ਕਿਹੜੇ ਕਿਹੜੇ ਕਿਵੇਂ ਕਿਵੇਂ ਬੈਠੇ ਆ ਕੁੜੀਆਂ ਤੇਰੀ ਇੱਜ਼ਤ ਲੁੱਟੀ ਜਾਂਦੀ ਆ ਚਾਰਜ ਕਰਦੇ ਫੋਨ ਚਲੋ ਹੁਣ ਜਾਣਾ ਕਿੱਥੇ ਚਲੋ ਬਸ ਚੱਲਦੇ ਆ ਪੈਸੇ ਤਾਂ ਚੱਕ ਲੈ ਅੰਮ੍ਰਿਤਸਰ ਚੱਲਦੇ ਆ ਅੰਮ੍ਰਿਤਸਰ ਜਿੱਤ ਜਿਹੜੀ ਆਪਾਂ ਜਿੱਤ ਜਿੱਤੀ ਆ ਨਾ ਉੱਥੇ ਹੈਗਾ ਟਰਾਫੀ ਮੱਥਾ ਟੇਕ ਕੇ ਹੁਣ ਕੀ ਕਰਨਗੇ ਕੈਪਟਨ ਪੈਸੇ ਲੈਣ ਜਾਣਾ ਰੋਟੀ ਖਾਣੀ ਆ ਹਾਂ ਖਾਣੀ ਆ ਬਾਈ ਦਾ ਯਾਰ ਉਹ ਬਸ਼ਰਮਾ ਤਾਂ ਅਸੀਂ ਵੀ ਬਸ਼ਰਮਾ ਬਾਈ ਦਾ ਯਾਰ ਬਾਈ ਦਾ ਯਾਰ ਬਾਈ ਬੋਲਣ ਲੱਗਿਆ ਹੈ ਇੱਕ ਇੱਕ ਗੋਲ ਚਾ ਇੱਕ ਇੱਕ ਗੋਲ ਚਾ ਜੇ ਵੀ ਬਾਕ ਚੱਲ ਮੈਨੂੰ ਤਾਂ ਕੋਰਾ ਬਹੁਤ ਲੱਗਦਾ ਅੱਜ ਮੈਂ ਦਾੜੀ ਕਰਾਈ ਯਾਰ ਹੈ ਬੰਦੇ ਦੀਏ ਮਾਂ ਬੰਦੇ ਦੇਖ ਕੇ ਆਉਂਦੇ ਬਾਈ ਕੈਪਟਨ ਵੱਲੋਂ ਅੱਜ ਪਾਰਟੀ ਪਾਰਟੀ ਕਾਹੇ ਦੀ ਨਹੀਂ ਪਿੰਡ ਖੇਡਣ ਗਿਆ ਨੀ ਪਾਰਟੀ ਹਾਏ 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 ਹੈ ਕੀ ਵੈਸੇ ਇਹ ਹੈ ਕੀ ਸਮੋਸਾ ਲਗੋਏ ਪਿਆ ਸਾਲਾ ਉਹ ਬਾਈ ਡਿੱਗੀ ਚ ਬੈਠਣ ਲੱਗਿਆ ਡਿੱਗੀ ਚ ਸਰਾ 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 ਡਿੱਗੀ ਲਾ ਦੋ ਬੱਚੋ ਰੌਲਾ ਪੈ ਜੂਗਾ ਪਿੱਛੇ ਬੈਠਾ ਇੱਕ ਅਜਾ ਵੀ ਮੋਟੇ ਝੋਟੇ ਆ ਫੜੋ ਮੈਂ ਬਾਹਰ ਨਿਕਲਣਾ ਉਹ ਜੈਕਰਾ ਵੜਗੀ ਦੇ ਗੱਡੀ ਪਤਾ ਕਿਹਦੀ ਆ ਬਾਈ ਜੀ ਦੀ ਉਹ ਨਾ ਭਰਾਵਾ ਦਾ ਉਹ ਨਿਕਲਣ ਤੋਂ ਸਾਡੇ ਘਰ ਦੇ ਗੇਟ ਖੋਲਣ ਨੂੰ ਬੈਠੇ ਆ ਹਾਏ ਹਾਏ ਰੱਬਾ ਉਹ ਨਾ ਸੋਹਣਾ ਜੱਸੇ ਨੇ ਪਤਾ ਕਿੰਨੀ ਮਿਹਨਤ ਲਾਈ ਆ ਪਾਲਸ ਮਾਰਨ ਨੂੰ ਹਾਏ ਰੱਬਾ ਹੋਪਾ ਹੋ ਗਿਆ ਉਹ ਖੜ ਵੀ ਗਿਆ ਤੇ ਭੱਜ ਗਏ ਉਹ ਭੱਜ ਗਏ ਇੰਡੀਕਾ ਨੂੰ ਆ ਤਾਂ ਭਾਰੀਆਂ ਗੱਡੀਆਂ ਨੇ ਯਾਰ ਆਗ ਦਰ ਖੁੱਲ ਗਿਆ ਕੱਲ ਲੈਂਗੂ ਉਹ ਭਰਾਵਾ ਤੂੰ ਆ ਨਾ ਖੁੱਲਿਆ ਕਰ ਤੂੰ ਹੋਰ ਕੋਈ ਗੱਡੀ ਚ ਨੁਕਸ ਹੈਗਾ ਦੱਸ ਦੋ ਮੈਨੂੰ ਦੋ ਦਿਨਾਂ ਨੂੰ ਸਾਰਿਆਂ ਦਾ ਬਾਏ ਬਾਏ ਕਰਨਾ ਜਿੱਦਣ ਮਿੰਦੇ ਵਾਲੇ ਵਲੌਗ ਚ ਕੀਤਾ ਸੀ ਖੜ ਜਾ ਮੁਰਸਲ ਜਾ ਲੈਣ ਦੇ ਧੰਨਵਾਦ ਤੁਸੀਂ ਸਾਡਾ ਵਲੌਗ ਜ਼ਰੂਰ ਦੇਖਣਾ ਸਾਡਾ ਜਿਹਨੇ ਜਿਹਨੇ ਵਲੌਗ ਦੇਖਿਆ ਬਾਈ ਧੰਨਵਾਦ ਯਾਰ ਬਾਹਲਾ ਬਾਹਲਾ ਯਾਰ ਟਾਈਮ ਚੋਂ ਟਾਈਮ ਕੱਢ ਕੇ ਬਾਹਲਾ ਬਾਹਲਾ ਧੰਨੋ ਤੁਸੀਂ ਯਾਰ ਬਾਈ ਜਿਹੜਾ ਸਾਨੂੰ ਦੇਖੀ ਜਾਂਦੇ ਹੋ ਯਾਰ ਬਾਕੀ ਬਾਈ ਜੀ ਦੇ ਫੈਨਸ ਨੇ ਯਾਰ ਬਾਈ ਫੈਨਸ ਕਰਕੇ ਯਾਰ ਬਾਈ ਜੀ ਅਸੀਂ ਆ ਨੈਨਸੀ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਲੌਗ ਦੇਖਣ ਲਈ